अज वड्डी गिणती दे विच नौजवान जिन्हां ने कि फौज की भर्ती का पेपर दिता सी उसनूं कैंसल नूं लैके ते केंद्र सरकार वल्लों जिहड़ी अग्निपथ जिहड़ी योजना दे तहत सैनिक भर्ती कीती जाणी थी उहनूं लैके जेकर गल करिए तां देश भर दे विच प्रदर्शन है तां उत्थे अज वड्डी गिणती दे विच जिहड़े नौजवान ने अज सीएम भगवंत मान दे घर दे बाहर पहुंचे नेगे ते तुसीं तस्वीरां देख सकदे होंगे कि जिन्हां वल्लों अज इक वड्डा रोस मार्च कीता होयागा वरदे मींह दे विच वी जिहड़े नौजवान नेगे भगवंत मान दे गेट दे घर दे बाहर बैठे नेगे साडे नाल नौजवान जिहड़े इन्हां दे नाल आगू ने उह मौजूद उहनां नाल गल कर लैणा सर की नाम है जी तुहाडा मैं एक्स आर्मी कुलदीप सिंह जी की मंगां ने जिन्हां नूं लैके अज तुसीं प्रदर्शन कर रहे होंगे सर मंगां साडियां इह कल्लियां पंजाब दे नौजवानां दीआं नहीं हैगियां इह पूरे ही देश दे जिहड़ा नौजवान आ उहनां दीआं मंगां ने क्योंकि अज तों 2 साल पहलां जदों कोविड दा दौर शुरू होया सी 2020-21 दे जिहड़ियां भर्तियां सीआं उहनां दे विच जिहड़े बच्चे अज इह तुसीं सीएम हाउस दे अग्गे देख रहे हो बैठे ने वड्डी तादाद दे विच फिजिकली मैडिकली जिहड़े फिट ने सो सरकार पिछले 2 सालां तों इही लारे लाउंदी आ रही है भी जिहड़ा एग्जाम आ उह कोविड दे कारण नहीं लैता जा रहा लेकिन सरकार इक कोविड दी आड़ दे विच जिहड़ी नवीं स्कीम लै के आई अग्निपथ अग्निवीर टीओडी लेकिन सरकार ने जिहड़ा इहनां दा एग्जाम आ उह पिछला एग्जाम जिहड़ा नहीं लै रही उहनां सरकार कह रही आ भी जो भी भर्तियां होणगियां हुण अग्निपथ योजना थ्रू होणगियां असीं सरकार नूं इही बेनती करदे आ वी इहनां बच्चियां दा एग्जाम आ जिहड़ा ਉਹ ਪਿਛਲਾ ਐਗਜ਼ਾਮ ਆ ਜਿਹੜਾ ਕਰਵਾਇਆ ਜਾਵੇ ਕਿਉਂਕਿ ਜਦੋਂ 5 ਸਟੇਟਾਂ ਦੇ ਵਿੱਚ ਇਲੈਕਸ਼ਨ ਹੋ ਸਕਦਾ ਪੋਲਿੰਗ ਬੂਥਾਂ ਦੇ ਉੱਪਰ ਇਹਨਾਂ ਦੀ ਭੀੜ ਤੋਂ ਜ਼ਿਆਦਾ ਜਿਹੜੀ ਭੀੜ ਰਹੀ ਹੈ ਤਾਂ ਇਹਨਾਂ ਦਾ ਐਗਜ਼ਾਮ ਵੀ ਸਰਕਾਰ ਜਿਹੜਾ ਲੈ ਸਕਦੀ ਹੈ ਕਿਉਂਕਿ ਇੱਕ ਤਰਫ ਤਾਂ ਸਰਕਾਰ ਕਹਿੰਦੀ ਆ ਵੀ ਅਸੀਂ ਨੌਜਵਾਨਾਂ ਨੂੰ ਰੁਜ਼ਗਾਰ ਦੇ ਰਹੇ ਹਾਂ ਇੱਕ ਤਰਫ ਤੇ ਲੱਖਾਂ ਨੌਜਵਾਨ ਜਿਹੜੇ ਬੇਰੁਜ਼ਗਾਰ ਹੋ ਰਹੇ ਨੇ 2 ਦਿਨਾਂ ਦੇ ਵਿੱਚ ਜਿਨ੍ਹਾਂ ਨੌਜਵਾਨਾਂ ਨੇ ਕਿਤੇ ਦੇਸ਼ ਦੇ ਪ੍ਰਤੀ ਭਰਤੀ ਹੋ ਕੇ ਕਦੇ ਦੇਸ਼ ਦੀਆਂ ਹੱਦਾਂ ਤੇ ਸ਼ਹੀਦ ਹੋਣਾ ਸੀ ਉਹ 45 ਨੌਜਵਾਨ ਜਿਹੜੇ 24 ਘੰਟੇ ਦੇ ਵਿੱਚ ਖੁਦਕੁਸ਼ੀ ਕਰ ਚੁੱਕੇ ਨੇ ਕਿਉਂਕਿ ਦੇਸ਼ ਦਾ ਮਾਹੌਲ ਹੈ ਜਿਹੜਾ ਬਿਹਾਰ ਯੂਪੀ ਹਿਮਾਚਲ ਰਾਜਸਥਾਨ ਹਰਿਆਣਾ ਆਲ ਇੰਡੀਆ ਦੇ ਵਿੱਚ ਜਿਹੜਾ ਬਹੁਤ ਖਰਾਬ ਚੁੱਕਾ 2 ਦਿਨਾਂ ਤੋਂ ਸਰਕਾਰ ਨੂੰ ਇਹੀ ਬੇਨਤੀ ਕਰਦੇ ਹਾਂ ਵੀ ਇਹ ਨਾ ਹੋਵੇ ਕਿਤੇ ਕਿਸਾਨੀ ਅੰਦੋਲਨ ਤਰ੍ਹਾਂ ਅੱਜ ਇੱਕ ਜਵਾਨੀ ਅੰਦੋਲਨ ਖੜਾ ਹੋ ਜੇ ਸੋ ਸਰਕਾਰ ਅਸੀਂ ਇੱਕ ਆਂਤਰਿਕ ਤਰੀਕੇ ਦੇ ਨਾਲ ਲੜਨਾ ਚਾਹੁੰਦੇ ਆ ਤਾਂ ਜੋ ਇਹਨਾਂ ਦਾ ਐਗਜ਼ਾਮ ਆ ਜਿਹੜਾ ਕਰਵਾਇਆ ਜਾਵੇ ਅੱਜ ਤੁਸੀਂ ਸੀਐਮ ਭਗਵੰਤ ਮਾਨ ਦੇ ਘਰ ਦੇ ਬਾਹਰ ਬੈਠੇ ਹੋਗੇ ਵੱਡੀ ਗਿਣਤੀ ਪ੍ਰਸ਼ਾਸਨ ਵੀ ਇੱਥੇ ਮੌਜੂਦ ਹੈਗਾ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਹੋਈ ਹੈ ਤੁਹਾਡੀ ਪ੍ਰਸ਼ਾਸਨ ਨਾਲ ਅਸੀਂ ਪਹਿਲਾਂ ਵੀ 2 ਵਾਰੀ ਜਿਹੜਾ ਇੱਥੇ ਸੀਐਮ ਦੇ ਹਾਊਸ ਆਏ ਆ ਮੰਗ ਪੱਤਰ ਦਿੱਤੇ ਨੇ ਲੇਕਿਨ ਪ੍ਰਸ਼ਾਸਨ ਨੇ ਸਾਨੂੰ ਪਹਿਲਾਂ ਵਿਸ਼ਵਾਸ਼ ਦਿਵਾਇਆ ਸੀ ਵੀ ਅਸੀਂ ਸੀਐਮ ਸਾਹਿਬ ਨਾਲ ਤੁਹਾਡੀ ਮੀਟਿੰਗ ਕਰਵਾਵਾਂਗੇ ਲੇਕਿਨ ਉਸ ਮੌਕੇ ਦੇ ਵਿੱਚ ਵੀ ਹੁੰਦੀਆਂ ਨੇ ਜੋ ਚੀਜ਼ਾਂ ਹੁੰਦੀਆਂ ਨੇ ਬਾਅਦ ਦੇ ਵਿੱਚ ਕੁਝ ਵੀ ਨਹੀਂ ਹੁੰਦਾ ਤੋ ਅੱਜ ਅਸੀਂ ਆਪਣੀ ਮੰਗ ਆ ਜਿਹੜੀ ਸੀਐਮ ਸਾਹਿਬ ਦੇ ਨਾਲ ਕਰਕੇ ਜਾਵਾਂਗੇ ਮੀਟਿੰਗ ਕਰਕੇ ਰਹਾਂਗੇ ਉਹਨਾਂ ਚਿਰ ਸਾਡਾ ਜਿਹੜਾ ਪ੍ਰੋਟੈਸਟ ਆ ਧਰਨਾ ਇਹ ਜਾਰੀ ਰਹੂਗਾ ਜਿੰਨਾ ਚਿਰ ਸੀਐਮ ਸਾਹਿਬ ਨਾਲ ਸਾਡੀ ਮੀਟਿੰਗ ਨਹੀਂ ਹੁੰਦੀ ਜਾਂ ਸਾਨੂੰ ਕੋਈ ਸ਼ਵਾਸ਼ਨ ਨਹੀਂ ਦਵਾਇਆ ਜਾਂਦਾ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਜਿਹੜੇ ਨੌਜਵਾਨ ਨੇਗੇ ਉਹ ਇਸ ਸਮੇਂ ਭਗਵੰਤ ਮਾਨ ਦੀ ਕੋਠੀ ਦੇ ਬਾਹਰ ਜੇਕਰ ਸੰਗਰੂਰ ਦੇ ਵਿੱਚ ਵੱਡਾ ਜਿਹੜਾ ਇਕੱਠ ਹੈਗਾ ਨੌਜਵਾਨਾਂ ਦਾ ਉਹ ਇੱਥੇ ਮੌਜੂਦ ਨੇ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰ ਰਹੇ ਨੇਗੇ ਨੌਜਵਾਨ ਆਗੂ ਸਾਡੇ ਨਾਲ ਮੌਜੂਦ ਨਾਲ ਗੱਲ ਕਰ ਲੈਂਦੇ ਹਾਂ ਕਿਵੇਂ ਦੇਖਦੇ ਹੋਗੇ ਕਿ ਇੱਕ ਪਾਸੇ ਬੇਰੁਜ਼ਗਾਰੀ ਇੱਕ ਵੱਡਾ ਮੁੱਦਾ ਹੈਗਾ ਤਾਂ ਲੋਕ ਸਭਾ ਚੋਣਾਂ ਨੇਗੀਆਂ ਸੰਗਰੂਰ ਦੇ ਵਿੱਚ ਤਾਂ ਹਰ ਜਿਹੜੇ ਪਾਰਟੀ ਦੇ ਨੇਤਾ ਨੇ ਉਹ ਮੁੱਦਿਆਂ ਨੂੰ ਲੈ ਕੇ ਲੋਕਾਂ ਦੇ ਵਿੱਚ ਜਾ ਰਹੇ ਨੇ ਪਰ ਨੌਜਵਾਨ ਇੱਥੇ ਪ੍ਰੋਟੈਸਟ ਕਰ ਰਹੇ ਨੇ ਸੜਕਾਂ ਦੇ ਉੱਪਰ ਨੇਗੇ ਤੁਸੀਂ ਦੇਖ ਸਕਦੇ ਹੋ ਆ ਵੱਡੀ ਤਦਾਦ ਹੈ ਨਾ ਅਸੀਂ ਨੇ ਕੋਈ ਇਹਨਾਂ ਤੋਂ ਮੰਗ ਮੰਗੀ ਹੈ ਨਾ ਹੀ ਪੰਜਾਬ ਸਰਕਾਰ ਦੇ ਬਜਟ ਤੇ ਅਸੀਂ ਕੋਈ ਭਾਰ ਪਾ ਰਹੇ ਹਾਂ ਅਸੀਂ ਤਾਂ ਸਿਰਫ ਇਹ ਦਰਖਾਸਤ ਕਰਦੇ ਹਾਂ ਮੁੱਖ ਮੰਤਰੀ ਸਾਹਿਬ ਤੁਸੀਂ ਗਵਰਨਰ ਤੇ ਦਬਾਅ ਪਾਓ ਜਿਹੜੀ ਲਿਖਤੀ ਪੇਪਰ ਇਹਨਾਂ ਦਾ 21 ਚ ਹੋਣਾ ਸੀ 2021 ਚ ਹੋਣਾ ਸੀ ਜਿਹਦਾ ਮੰਗ ਪੱਤਰ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਨੂੰ ਦਿੱਤਾ ਜਦੋਂ ਐਮਪੀ ਸੀ ਇਹਨਾਂ ਨੇ ਜਾ ਕੇ ਗੱਲ ਉਹ ਸਦਨ 'ਚ ਵੀ ਰੱਖੀ ਕਿ 2022 'ਚ ਮੁੱਖ ਮੰਤਰੀ ਬਣਦੇ ਕਿਉਂ ਇਹਨਾਂ ਦਾ ਦਰਦ ਭੁੱਲ ਗਏ ਉਹ ਕਿਉਂ ਨਹੀਂ ਗੱਲ ਰੱਖੀ ਇਹਨਾਂ ਨੇ ਕੇਂਦਰ ਸਰਕਾਰ ਦੇ ਟੇਬਲ 'ਤੇ ਕਿ ਉਹਨਾਂ ਦਾ ਲਿਖਤੀ ਪੇਪਰ ਦੁਆਰਾ ਲਿਆ ਜਾਵੇ ਤੇ ਦੂਜੀ ਗੱਲ ਜੋ ਸਾਡੀ ਵੱਡੀ ਮੰਗ ਹੈ 4 ਸਾਲਾਂ ਦਾ ਜੋ 4 ਸਾਲਾਂ ਬਾਅਦ ਰਿਟਾਇਰਮੈਂਟ ਨੂੰ ਤੁਰਪੀ ਕੇਂਦਰ ਦੀ ਸਰਕਾਰ 4 ਸਾਲਾਂ ਬਾਅਦ ਬੱਚਾ ਕੇ ਕੀ ਸੋਚੂਗਾ ਵੀ ਮੈਂ ਕਿੱਧਰ ਜਾਵਾਂ ਉਹ ਦਿਸ਼ਾਹੀਨ ਹੋ ਜਾਊਗਾ ਸੋ ਕੇਂਦਰ ਦੀ ਸਰਕਾਰ ਤੇ ਦਬਾਅ ਪਾਉਣ ਲਈ ਅੱਜ ਅਸੀਂ ਮੁੱਖ ਮੰਤਰੀ ਪੰਜਾਬ ਦੀ ਕੋਠੀ ਰੋਕੀ ਹੈ ਜਿੰਨਾ ਚਿਰ ਉਹ ਸਾਡੇ ਨਾਲ ਬਹਿ ਕੇ ਗੱਲ ਨਹੀਂ ਕਰਦੇ ਤੋ ਗਵਰਨਰ ਸਾਹਿਬ ਨਾਲ ਸਮਾਂ ਲੈ ਕੇ ਉਹ ਜ਼ੋਰ ਨਹੀਂ ਪਾਉਂਦੇ ਅਸੀਂ ਭਾਵੇਂ ਸਾਨੂੰ 1 ਦਿਨ ਲੱਗ ਜੇ ਭਾਵੇਂ 2 ਦਿਨ ਲੱਗ ਜੇ ਇਹ ਕੋਠੀ ਉਹਨਾਂ ਦੀ ਐਂ ਬੰਦ ਦੀ ਬੰਦ ਰਹੂ ਪਰ ਕੇਂਦਰ ਸਰਕਾਰ ਵੱਲੋਂ ਜਿਹੜਾ ਉਹਦੇ 'ਚ ਤਬਦੀਲੀ ਕੀਤੀ ਗਈ ਹੈ ਉਹਨਾਂ ਦਾ
कहना गा कि आसाम राइफल्स के जोड़े नौजवान जाएंगे उन्होंने आसाम राइफल्स के ऑप्शन के तौर पर उधर जा सकते हैं वह या होर जिस तरह सुरक्षा जिहड़ियां सेनावां नेगियां उन्हां दे विच उह हिस्सा लै सकदे ने। उन्हां केंद्र सरकार वल्लों इक अज फेरबदल दी गल कही गई, तुहानूं लगदा है वी इहदे नाल जिहड़ा नौजवान ने, नौजवान जेकर देखिया जावे तां वड्डी गिणती साल दे विच जिहड़ी सैनिक भर्ती हुंदी सीगी तां उहदे च कास हुंदी सी नौजवानां नूं, किवें लगदा वी जे इह फैसला इस तरह हुंदा गा तां उन्हां नूं जिहड़े उन्हां दी मंगां ने उह लगदा वी जेकर मन्नियां जाणगियां। दोस्त जदों आपां हुण घरे सोने आ, जदों साडे बॉर्डरां ते साडे भरा खड़े हुंदे ने तां ही असीं सुरक्षित अपने आपू मनते तो अपने परिवार ने आप जन जीवन करते, पर अफसोस की गल है कि जेडे हूँ भर्ती हो आप ही सुरक्षित नहीं रहेंगे। चार साल बाद आपकी रिटायरमेंट का खतरा पैजूगा तो उस बाद दबाव रहेंगे भी असं चार साल बाद घर जाके की करा। सो ये अज कला पंजाब की गल नहीं, पूरे देश की गल है। सो पंजाब तो हमेशा जदों भी समा आया, चाहे इतिहास च आया, इतों जो लावा उठता है अज यह लावा नौजवानों का उठे है तो असं अपने देश को बचाने लिए चाहे मुख्यमंत्री हो चाहे गवर्नर हो चाहे प्रधानमंत्री हो राह ही रोका। सो नौजवान साढ़े नाल मौजूद कर गए, की नाम है वीर जी अपने? मेरा नाम ज्ञान सिंह जी। अज प्रोटेस्ट कर रहे होंगे वरदे मीह दे विच, सीएम दे घर दे बाहर बैठे होंगे, किहड़ियां मंगां नूं लै के अज तुसीं इत्थे आए हो? सर मंगां साडियां इन्नी जिहड़ी 2020 च भर्ती हुई सी, अज दो साल पहला उहदा पेपर नहीं होया क्योंकि सारे नौजवान ने जिहड़े मैडिकल फिट ने गे सारे रेस क्लीयर करी बैठे ने ते उह भर्ती दा पेपर नहीं होया ते पेपर की तरीक दे दिंदे ते डिले करी जांदे ने, घट्टो घट्ट 6 वार पेपर की जिहड़ी तरीक आ उह डिले कीती जा रही आ। ते इक इहनां ने परसों दा नवां रूल लागू कीता टीओडी, वो टीओडी लागू करने नाल घट्टो घट्ट नौजवान 100 नौजवान जिहड़ा मेरे सामने सुसाइड कर सकिया। मैं कल्ले एक वीडियो देखिया जिहदे विच नौजवान कुर्सी ते बैठ के आपदे उपर पेट्रोल छिड़कदा ते इस तों बाद अग ला लैंदा। एक माँ दे दोए पुत्त सीगे, दोए पुत्त मैडिकल फिट सी ते उन्होंने भी सुसाइड कर ली ते मावां दे की दुख बीतदा जे सुसाइड करदे ने। कोई नौजवानों नूं इक्को आस आ, गरीब घरां दे नौजवान ही भर्तियां देखदे ने, कोई अमीर दा कोई इन्हां सरकारां दा मुंडा नहीं देखदा। जे सरकारां दे मुंडे भर्ती देखण तां सरकारां देखण भी साडे मुंडे दे की दुख बीतदा, क्योंकि जब नौजवान बार्डर तो मर के आता माँ को एक टोटा नहीं मिलता तो माँ तड़पती है मेरे पुत्र की लाश कितने, मैं कितों लिया अपना पुत। तो इसी सरकार ने यह करे भी जो टीओडी आ यह कैंसल किया जाए तो कि जो पेपर साडा यह दिता जाए तो नवी भर्तियां लागू किए जा, क्योंकि जेडे नौजवान सवेरे 4 बजे उठ के नंगे पैरी भजदे ने, लखां खर्च करते हैं, अपनी मेहनत लाते हैं, शरीर घसाते हैं, इक्को वास्ते जाते भी असं भर्ती होवे तो उ भर्ती नहीं लिती जा रही। असं मोदी सरकार ने यही कहना भी ये पेपर लिता जाए तो टीओडी रद्द किया जाए। की नाम जम की नाम है वीर जी अपना? मेरा नाम मनप्रीत सिंह जी। तुम की जरा सैनिक भर्ती हैगी पेपर है दे चुके हो? नहीं, साडा 12 फरवरी 2021 में साड़ी भर्ती हुई, घट्टो घट्ट 1.5 साल हो गया साडा रिटर्न, 5 बारी इन्होंने कैंसल कर चुके हैं, साढ़े ना अजे तक कोई भी सानू पक्की डेट नहीं दे रही सेंटर सरकार। सो नौजवानों का यही कहना है कि जिहड़ा जिहड़े नौजवान ने गे जिहड़ा पेपर नहीं लिता जा रहा, मैडिकल फिट हो चुके हैं गे, जिहड़े ट्रायल ने कढ़ चुके हैं पर लगातार जिहड़ा उन्हूं अगे पाया जा रहा, जिस करके उम्र है जिहड़ी उम्र लंघ रही है, क्योंकि कास हुंदी है कि नौकरी प्रति भी सारा कुछ क्लीयर हो चुका है हुण अगे नौकरी मिलेगी, पर सरकार वल्लों जिहड़े उह पेपर ने कैंसल कर दिए गए ने, नवे कानून ने जिहड़े सैनिक भर्ती दे विच लियांदे गए ने, जिन्हां नूं लैके देश भर दे विच प्रदर्शन हो रहा है ते पंजाब दे विच भी वड्डे पद्धर ते अज संगरूर दे विच वड्डी गिणती पूरे पंजाब चों नौजवान आए ने जिहड़े अपनी मंग नूं लैके प्रदर्शन कर रहे ने। एनजेड पंजाबी देख रहे हो तुसीं, मैं कुलवीर सिंह संगरूर।